ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਲਓ ਜੀ ਸਵਾਗਤ ਹੈ ਅੱਜ ਦੇ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ। ਅਤੇ ਸਭ ਤੋਂ ਪਹਿਲਾਂ ਤਾਂ ਥੋੜ੍ਹੀ ਜਿਹੀ ਸਾਫ਼ ਸਫਾਈ ਕਰੀਏ, ਦੋ ਤਿੰਨ ਦਿਨ ਹੋ ਗਿਆ ਇੱਦਾਂ ਹੀ ਚੱਲਣ ਦਿਆ ਸੈਟਅਪ ਆਪਣਾ, ਠੀਕ ਹੈ। ਅਤੇ ਆਹ ਟਾਇਰ ਟੂਰ ਜੇ ਸੈੱਟ ਕਰਦੇ ਹਾਂ, ਵੈਸੇ ਤਾਂ ਵੀਡੀਓ ਸ਼ੂਟ ਕਰਨੀ ਟਾਇਰਾਂ ਦੇ ਨਾਲ, ਪਰ ਉਹ ਮੈਨੂੰ ਲੱਗਦਾ ਹਜੇ ਟਾਈਮ ਲੱਗ ਜੂਗਾ ਥੋੜ੍ਹਾ ਜਿਹਾ, ਦੋ ਤਿੰਨ ਦਿਨ, ਕਿਉਂਕਿ ਨਾ ਕਣਕਾਂ ਵਾਲਾ ਸਿਸਟਮ ਵੀ ਸ਼ੁਰੂ ਹੈ ਅਤੇ ਮੌਸਮ ਵੀ ਖਰਾਬ ਹੈ ਅਤੇ ਅੱਜ ਮਸ਼ੀਨ ਲੱਗਣੀ ਹੈ ਅਤੇ ਦੇਖਦੇ ਹਾਂ ਕੀ ਬਣਦਾ ਹੈ, ਠੀਕ ਹੈ। ਇਸ ਕਰਕੇ ਸ਼ੂਟਿੰਗ ਵਾਲਾ ਕੰਮ ਤਾਂ ਦੋ ਕੁ ਦਿਨ ਡਿਲੇ ਜਾਊਗਾ ਹਜੇ, ਬਾਕੀ ਹੋ ਸਕਦਾ ਆਹ ਟਰਾਲੇ ਨਾਲ ਆਪਾਂ ਸ਼ੂਟ ਕਰੀਏ। ਮੈਂ ਸੋਚਣ ਦਾ ਕਿ ਆਹ ਟਰਾਲਾ ਨਾ ਆਪਣੇ ਇਹਨਾਂ ਟਰੈਕਟਰਾਂ 'ਚੋਂ ਕਿਸੇ ਇੱਕ ਪਿੱਛੇ ਪਾ ਕੇ ਦੇਖਦੇ ਹਾਂ, ਹੋ ਸਕਦਾ ਐਤਕੀ ਜੌਂਡੀਅਰ ਦਾ ਨੰਬਰ ਲੱਗੇ, ਉਹ ਚਲੋ ਦੇਖ ਲੈਂਦੇ ਆਪਾਂ। ਬਾਕੀ ਆਪਣਾ ਸਵਰਾਜ ਵੀ ਹਜੇ ਠੀਕ ਕਰਨਾ, ਇਹਦੇ ਨਾਲ ਫਰੰਟ ਐਕਸਲ 'ਚ ਕੋਈ ਦਿੱਕਤ ਹੈ ਅਤੇ ਉਹ ਚਲੋ ਦੇਖਦੇ ਹਾਂ ਆਪਾਂ ਮੌਕੇ 'ਤੇ ਇੱਕ ਵਾਰੀ ਨਾ। ਥੋੜ੍ਹਾ ਜਿਹਾ ਸੈੱਟ ਕਰਦਾ ਮੈਂ ਥਾਂ, ਪੇਂਟ ਵਗੈਰਾ ਜਿਹੜਾ, ਪੇਂਟ ਤਾਂ ਵੈਸੇ ਇੱਥੇ ਪਿਆ ਰੂ ਇੱਕ ਸਾਈਡ 'ਤੇ, ਕਿਉਂਕਿ ਹਜੇ ਪੇਂਟ ਕਰਨਾ ਸਾਰੇ ਨੂੰ। ਬਸ ਮੈਂ ਟਾਇਰ ਟੂਰ ਸੈੱਟ ਕਰਕੇ ਅਤੇ ਇੱਧਰੋਂ ਟਰੈਕਟਰ ਚੱਕਦਾ ਵਾਂ, ਠੀਕ ਹੈ, ਕਿਉਂਕਿ ਇੱਕ ਤਾਂ ਆਹ ਨਵੇਂ ਸਵਰਾਜ 'ਤੇ ਕੰਮ ਸ਼ੁਰੂ ਕੀਤਾ ਹੋਇਆ, ਉਹ ਤਿੰਨ ਰੇਡੀ ਨੇ ਅਤੇ ਆਹ ਜਿਹੜੇ ਟਰੈਕਟਰ ਨੇ ਇਹ ਵੀ ਇੱਕ ਵਾਰੀ ਇੱਧਰ ਰੱਖ ਦਿੰਦੇ ਆਪਾਂ, ਕਿਉਂਕਿ ਮੈਂ ਸੋਚਣ ਦਿਆਂ ਕਿ ਅੱਜ ਨਾ ਆਪਣੇ ਜੌਂਡੀਅਰ 'ਤੇ ਵੀ ਕੰਮ ਕਰੀਏ। ਵੈਸੇ ਤਾਂ ਨਿਊ ਹੋਲੈਂਡ 'ਤੇ ਕਰਨਾ ਸੀ ਕੰਮ, ਆਪਾਂ ਥੱਲੇ ਡੱਬੇ 'ਚ ਪਿਆ ਹੋਇਆ ਅਤੇ ਉਹਦੇ ਥੋੜ੍ਹਾ ਟਾਈਮ ਲੱਗੂਗਾ ਅਤੇ ਜੌਂਡੀਅਰ ਮੈਂ ਸੋਚਣ ਦਿਆਂ ਕਿ ਰੇਡੀ ਪਹਿਲਾਂ ਹੋ ਜੂਗਾ ਅਤੇ ਬਾਕੀ ਦੇਖਦੇ ਹਾਂ, ਹੋ ਸਕਦਾ ਕੰਮ ਕਰਾਂਗੇ ਅੱਜ ਜੌਂਡੀਅਰ 'ਤੇ ਆਪਾਂ। ਪਹਿਲਾਂ ਮੈਂ ਥੋੜ੍ਹੀ ਜਿਹੀ ਜਗ੍ਹਾ ਸਾਫ਼ ਕਰਾਂ, ਠੀਕ ਹੈ, ਉਦੋਂ ਪਹਿਲਾਂ ਮੈਂ ਪੇਂਟ ਵਾਲਾ ਕੰਮ ਕਰਾਂ। ਇੱਕ ਇੱਕ ਲੇਅਰ ਸਾਰਿਆਂ 'ਤੇ ਪੇਂਟ ਮਾਰਨ ਵਾਲੀ ਰਹਿੰਦੀ ਹੈ, ਉਹ ਕਰ ਲੈਂਦਾ ਮੈਂ। ਉਦੋਂ ਬਾਅਦ ਫਿਰ ਟਰਾਲੀਆਂ ਇੱਕ ਸਾਈਡ 'ਤੇ ਲਾ ਕੇ, ਇਹਨਾਂ 'ਚ ਕੁਛ ਟਰਾਲੀਆਂ ਤਿਆਰ ਕਰਨ ਵਾਲੀਆਂ ਨੇ, ਉਹ ਕਰਕੇ ਸਾਰਾ ਅਤੇ ਮੇਜ਼ ਨੂੰ ਸੈੱਟ ਕਰੀਏ ਅਤੇ ਆ ਵੀ ਮੇਜ਼ ਖਾਲੀ ਕਰੀਏ। ਬਾਕੀ ਇੱਥੇ ਟਾਇਰ ਵੀ ਪ੍ਰਿੰਟ ਕੀਤੇ ਨੇ ਮੈਂ, ਆ ਰਹੇ ਟਾਇਰ ਪ੍ਰਿੰਟ ਕੀਤੇ ਸੀ ਰਾਤ, ਠੀਕ ਹੈ, 8 ਟਾਇਰ ਪ੍ਰਿੰਟ ਹੋ ਗਏ ਨੇ, ਫਿਨਿਸ਼ਿੰਗ ਬਹੁਤ ਵਧੀਆ ਟਾਇਰਾਂ ਦੀ ਸਿਰਾ। ਚਲੋ ਆਉਣ ਵਾਲੇ ਟਾਈਮ 'ਚ ਪਾਵਾਂਗੇ ਆਪਣੇ ਸਾਰੇ ਟਰੈਕਟਰਾਂ ਨੂੰ, ਆਹ ਤਾਂ ਹਜੇ ਕੁਛ ਵੀ ਨਹੀਂਗਾ, ਡੇਲੀ ਦੇ ਡੇਲੀ ਆਪਾਂ ਟਾਇਰ ਪ੍ਰਿੰਟ ਕਰਾਂਗੇ, ਠੀਕ ਹੈ, ਹੁਣ ਤਾਂ ਲੈਟ ਹੈ ਨਹੀਂ, ਪ੍ਰਿੰਟਰ ਬੰਦ ਕੀਤੇ ਹੋਏ ਨੇ। ਚਲੋ ਫਿਰ ਛੇਤੀ ਛੇਤੀ ਕਰਦੇ ਹਾਂ ਸਾਫ਼ ਸਫਾਈ, ਜਿਹੜੇ ਜਿਹੜੇ ਕੰਮ ਨੇ ਕਰਕੇ ਅਤੇ ਫਿਰ ਮੇਜ਼ ਕਰੀਏ ਖਾਲੀ। ਚਲੋ ਵੀ ਮੁੜਿਓ, ਸੀਨ ਇੱਦਾਂ ਹੈ ਕਿ ਸੈੱਟ ਵਾਲੇ ਕੰਮ 'ਤੇ ਲਾਤੀ ਕਰੀ ਬ੍ਰੇਕ, ਨਾਲ ਆਪਾਂ ਖੋਲ ਦਈਏ ਗੇਟ, ਠੀਕ ਹੈ, ਅਤੇ ਆਉਂਦਾ ਮਾਰੀਏ ਸਲਫ, ਦੱਸਾਂ ਦੀ ਤਾਂ ਜ਼ਰੂਰਤ ਨਹੀਂ ਕਾਤੋਂ, ਅਤੇ ਚਾਬੀ ਪਾਉਣਿਆਂ ਦੀ ਹੈ ਜ਼ਰੂਰਤ, ਅਤੇ ਚੱਲੀਏ ਦੁਬਾਰਾ ਜਿਮ ਲਾਈ, ਲੈਗ ਲੱਗੇ ਹੋਏ ਨੇ ਲਾਸਟ, ਤੁਰਿਆ ਨਹੀਂ ਜਾਂਦਿਆ। ਫੱਟੀ ਰਹਿੰਦੀ ਸੱਚ ਜੇ, ਆ ਜਾ ਵੀ ਫੱਟੀ ਸਿਆਂ ਤੂੰ ਵੀ ਆ ਜਾ। ਸੀਨ ਇੱਦਾਂ ਹੈ ਕਿ ਕਣਕ ਵੱਲੋਂ ਤਾਂ ਇੱਕ ਵਾਰੀ ਹੋ ਗਏ ਸੀ ਆਪਾਂ ਵਿਹਲੇ, ਅਤੇ ਆਹ ਇੱਧਰ ਆ ਗਏ ਆਪਣੇ ਸੈਟਅਪ 'ਚ, ਅਤੇ ਆਹ ਮੈਂ ਸਾਫ਼ ਸਫਾਈ ਕਰਨ ਹੀ ਗਿਆ ਸੀਗਾ ਅਤੇ ਵਿੱਚ ਉਦੋਂ ਮਸ਼ੀਨ ਆ ਗਈ, ਉਦੋਂ ਬਾਅਦ ਬਸ ਫਿਰ ਸਾਰਾ ਟਾਈਮ ਉੱਧਰ ਹੀ ਲੰਘ ਗਿਆ ਅਤੇ ਹੁਣ ਆਏ ਆਪਣੇ ਸੈਟਅਪ 'ਚ। ਟਾਈਮ ਮੌਕੇ 'ਤੇ 8:30 ਹੋ ਗਿਆ, ਠੀਕ ਹੈ, ਅਤੇ ਚਲੋ ਛੇਤੀ ਛੇਤੀ ਜਗ੍ਹਾ ਬਣਾਉਂਦੇ ਹਾਂ ਆਪਾਂ, ਕਰਦੇ ਹਾਂ ਥਾਂ ਖਾਲੀ ਥੋੜ੍ਹੀ ਜਿਹੀ,
ਇੱਕ ਤਾਂ ਸਵਰਾਜ 'ਤੇ ਕੰਮ ਕਰਨਾ, ਇਹਦੇ ਕੁਛ ਪਾਰਟ ਨੇ ਪ੍ਰਿੰਟ ਕਰਨ ਵਾਲੇ, ਉਹ ਇੱਥੇ ਪ੍ਰਿੰਟ ਹੋਣ ਦੇ ਨੇ, ਅਤੇ ਦੂਜਾ ਆਪਣਾ ਜੌਂਡੀਅਰ ਕੱਢਦੇ ਹਾਂ ਥੱਲੋਂ ਡੱਬੇ 'ਚੋਂ, ਠੀਕ ਹੈ। ਉਸ ਤੋਂ ਪਹਿਲਾਂ ਟਰਾਲੀਆਂ ਸ਼ਿਫਟ ਕਰ ਦਈਏ। ਵੈਸੇ ਤਾਂ ਆਪਾਂ ਸਮਾਨ ਸਵੇਰੇ ਕੁਰੀਅਰ ਕਰਨਾ, ਪਰ ਨਾ ਮੌਕੇ 'ਤੇ ਮਿਖਿਲ ਦਾ ਕੋਈ ਅਤਾ ਪਤਾ ਨਹੀਂ ਗਾ, ਫੋਨ ਨਹੀਂ ਚੱਕਦਾ ਮੇਰਾ, ਪਤਾ ਨਹੀਂ ਕਿਤੇ ਗਿਆ ਹੋਇਆ ਉਹ, ਅਤੇ ਐਡਰੈਸ ਵਗੈਰਾ ਸਾਰਾ ਕੁਛ ਉਹ ਮਿਖਿਲ ਨੂੰ ਪਤਾ ਹੈ ਵੀ ਕਿਹਨੂੰ ਭੇਜਣਾ ਹੈ, ਕਿਹੜੇ ਐਡਰੈਸ 'ਤੇ ਕਿੱਥੇ ਜਾਣਾ, ਉਹ ਸਾਰਾ ਉਹਨੂੰ ਹੀ ਹੈ ਇਨਫੋਰਮੇਸ਼ਨ, ਅਤੇ ਉਹ ਆਊਗਾ, ਉਹ ਤੋਂ ਬਾਅਦ ਹੀ ਕੁਰੀਅਰ ਹੋਣੇ ਨੇ ਟਰੇਟਰ, ਠੀਕ ਹੈ। ਚਲੋ ਦੇਖਦੇ ਹਾਂ ਕੱਲ੍ਹ ਤੱਕ ਆਉਂਦਾ ਹੈ ਕਿ ਨਹੀਂ ਆਉਂਦਾ। ਇੱਕ ਤਾਂ ਦੱਸ ਕੇ ਵੀ ਨਹੀਂ ਗਿਆ ਵੀ ਕਿੱਥੇ ਜਾਣ ਦਿਆਂ ਵਾ, ਕੀ ਹੈ ਫੋਨ ਸੁੱਚ ਫੋਨ ਦਿਆਂ ਆਉਂਦਾ, ਅਤੇ ਮੌਕੇ 'ਤੇ ਤਾਂ ਹੁਣ ਕੋਈ ਕੰਟੈਕਟ ਨਹੀਂ ਗਾ ਉਹਦੇ ਨਾਲ। ਚਲੋ ਕੋਈ ਨਹੀਂ, ਦੇਖਦੇ ਹਾਂ ਲੱਗ ਜੂ ਪਤਾ ਸਵੇਰ ਤੱਕ ਕੀ ਬਣਦਾ। ਟਰੇਟਰ ਆਪਣੇ ਆਲਮੋਸਟ ਰੈਡੀ ਨੇ, ਬਸ ਨਿੱਕੇ ਨਿੱਕੇ ਕੰਮ ਨੇ, ਫਾਈਨਲ ਟੈਸਟਿੰਗ ਵਗੈਰਾ ਉਹ ਜਦੋਂ ਪੈਕ ਕਰਨ ਲੱਗਾਂਗੇ ਨਾ ਉਦੋਂ ਹੀ ਦੇਖਾਂਗੇ। ਬਾਕੀ ਜਮਾਂ ਓਕੇ ਦੀ ਰਿਪੋਰਟ ਹੈ, ਠੀਕ ਹੈ। ਸਵਰਾਜ ਸਵਰਾਜ ਹੋਇਆ ਪਿਆ। ਵੈਸੇ ਤਾਂ ਆਹ ਦੇਖੋ, ਆਹ ਸਿੰਪਲ ਮਾਡਲ ਹੈ ਸਵਰਾਜ ਦਾ, ਅਤੇ ਇਹਨੂੰ ਆਹ ਜਿਹੜੇ ਟਾਇਰ ਪਾ ਕੇ ਮੋਡੀਫਾਈ ਜੇ ਕਰਦੇ ਹਾਂ ਸਿੰਪਲ 'ਚ, ਤਾਂ ਵੀ ਲੁੱਕ ਬਹੁਤ ਸੋਹਣੀ ਆਉਂਦੀ ਟਰੇਟਰ ਦੀ। ਆਹ ਟਾਇਰਾਂ ਨਾਲ ਲੁੱਕ ਕਾਫੀ ਵਧੀਆ ਆਉਂਦੀ ਹੈ ਟਰੇਟਰ ਦੀ। ਬਾਕੀ ਆਉਣ ਵਾਲੇ ਟਾਈਮ 'ਚ ਆਪਾਂ ਮੋਡੀਫਾਈ ਕਰਾਂਗੇ ਟਰੇਟਰ ਆਪਣੇ, ਠੀਕ ਹੈ। ਜਿਹੜੇ ਲਿਆਵਾਂਗੇ ਨਾ ਮਾਡਲ, ਉਹਨਾਂ 'ਚ ਸਿੰਪਲ ਵੀ ਮੋਡੀਫਾਈ ਕਰਕੇ ਸੇਲ ਕਰਾਂਗੇ ਆਪਾਂ। ਅਤੇ ਫਿਲਹਾਲ ਆਹ ਜਿਹੜਾ ਟਰੇਟਰ ਹੈ ਇਹਦੇ 'ਤੇ ਵੈਸੇ ਕੰਮ ਚੱਲਣ ਦਿਆ ਹੈ। ਇਹਦਾ ਗੇਅਰ ਬੋਕਸ ਜਿਹੜਾ ਨਾ ਉਹ ਥੋੜ੍ਹਾ ਜਿਹਾ ਕੰਮ ਟੇਢਾ ਜਿਹਾ, ਜਿੰਨਾ ਸੌਖਾ ਲੱਗਦਾ ਸੀ ਮੈਂ ਸੋਚਿਆ ਸੀਗਾ ਵੀ ਸੌਖਾ ਬਣ ਜੂਗਾ, ਪਰ ਉਹਨਾਂ ਸੌਖਾ ਬਣਨਾ ਨਹੀਂ ਕਿਉਂਕਿ ਨਾ ਇਹਦੇ ਵਿੱਚ ਸਪੇਸ ਬਹੁਤ ਘੱਟ ਹੈ। ਆਹ ਜਿਹੜੀ ਇਹਦੀ ਜਗ੍ਹਾ ਹੈ ਨਾ, ਗੇਅਰ ਬੋਕਸ ਲਾਉਣ ਵਾਸਤੇ ਸਪੇਸ ਬਹੁਤ ਜ਼ਿਆਦਾ ਘੱਟ ਹੈ ਇਸ ਕਰਕੇ। ਚਲੋ ਕੋਈ ਨਹੀਂ, ਬਾਕੀ ਟਰਾਲੀਆਂ ਤਾਂ ਵਾਧੂ ਹੋਈਆਂ ਪਈਆਂ ਹੁਣ ਆਪਣੇ ਕੋਲ, ਹੈ 3-4 ਦਿਨਾਂ ਲਈ ਹੋਈ ਬਸ। ਇੱਧਰ ਦਾ ਸੀਨ ਇੱਦਾਂ ਹੈ ਕਿ ਨਟ ਨੁਟ ਜੇ ਵਾਹਵਾ ਖਿਲਰੇ ਪਏ ਨੇ ਆਪਣੇ ਟਰੈਕਟਰ 'ਤੇ, ਖੋਲ੍ਹਿਆ ਨਟ, ਅਤੇ ਇਹ ਨਟ ਆਪਾਂ ਡੱਬੇ 'ਚ ਪਾ ਦਿੰਦੇ ਹਾਂ ਅਤੇ ਸਾਈਡ 'ਤੇ ਰੱਖ ਦਈਏ। ਸਾਈਡ 'ਤੇ ਰੱਖ ਦਈਏ ਯਾਰ, ਲੋਡ ਪੈ ਜੂਗੀ ਡੱਬੇ ਦੇ ਵਿੱਚ, ਗਵਾਚ ਜਾਣੇ ਨਟ ਆਪਣੇ ਨਾ। ਇੱਥੇ ਇੱਕ ਉਹ ਸੀਗੀ ਮੈਗਨੇਟ, ਹਾਰੀ ਲਓ ਵੀ ਮੈਗਨੇਟ 'ਚ ਪਾ ਕੇ ਇਹਨੂੰ ਰੱਖ ਦਿੰਦੇ ਇੱਕ ਸਾਈਡ 'ਤੇ, ਇੱਕ ਵਾਰੀ ਇੱਥੇ ਰੱਖ ਦਈਏ, ਠੀਕ ਹੈ। ਅਤੇ ਉਸ ਦੇ ਨਾਲ ਟੂਲ ਵਗੈਰਾ ਤਾਂ ਚੱਲ ਆਪਾਂ ਨੂੰ ਚਾਹੀਦੇ ਨੇ। ਚਾਰਜਰ ਬੈਟਰੀ ਆ ਇੱਕ ਪਾਸੇ ਪਿਆ ਰਹੂਗਾ, ਕੋਈ ਇਸ਼ੂ ਨਹੀਂ ਗਾ। ਆਹ ਜਿਹੜੇ ਟਾਇਰ ਨੇ ਆਪਣੇ ਉੱਧਰੋਂ ਵਾਲੇ, ਉੱਧਰ ਰੱਖ ਦਈਏ ਵਾਪਸ। ਚਲੋ ਵੀ ਟਾਇਰ ਸਿੰਗ, ਚਲੋ ਇੱਥੇ ਨਵੀਂ ਲੈਣ ਸ਼ੁਰੂ। ਆਹ ਜਿਹੜੇ ਟਾਇਰ ਨੇ ਇਹਨਾਂ ਦੇ ਵਿੱਚੋਂ ਆਹ ਤੇ ਆਹ ਦੋ ਸਵਰਾਜ ਦੇ, ਆਹ ਦੋ ਆਪਣੇ ਇੱਕ ਨਵੇਂ ਪ੍ਰੋਜੈਕਟ ਦੇ ਨੇ, ਨਵਾਂ ਕਹਿ ਲਓ ਪੁਰਾਣਾ ਕਹਿ ਲਓ ਕੁਛ ਵੀ ਕਹਿ ਲਓ, ਠੀਕ ਹੈ। ਅਤੇ ਉਸ ਦੇ ਨਾਲ ਆਹ ਟਾਇਰ ਨੇ ਆਪਣੇ 911 ਦੇ, ਹਾਂ ਇਹਦੇ ਨਾਲ ਛੋਟੇ ਨੇ ਨਾ ਟਾਇਰ, ਆਹ ਟਾਇਰ 911 ਦੇ ਨੇ। ਚਲੋ ਟਾਇਰ ਤਾਂ ਆਪਣੇ ਕੋਲ ਹੈਗੇ ਨੇ ਐਡਵਾਂਸ 'ਚ ਥੋੜ੍ਹੇ ਜਿਹੇ, ਸਾਰੇ ਪਾ ਦਿਓ ਟਾਇਰ ਬਾਲਟੀ 'ਚ, ਸ਼ਾਬਾਸ਼ੇ ਤੂੰ ਵੀ ਚੱਲ ਬਾਲਟੀ 'ਚ। ਹਾਂ ਐਕਸਲ ਆਪਣੇ ਆਹ ਸਵਰਾਜ ਦਾ, ਆਹ ਸਵਰਾਜ ਨੂੰ ਨਾ 4 ਲੈਣਾਂ ਵਾਲੇ ਟਾਇਰ ਪਾਉਣੇ ਨੇ ਆਪਾਂ। ਟਾਇਰਾਂ ਵੀ ਵੇਖਣੇ ਬਹੁਤ ਸੋਹਣੇ ਲੱਗਦੇ ਆ, ਬੰਪਰ ਇੱਕ ਵਾਰੀ ਇੱਥੇ ਪਿਆ ਰਹਿੰਦੀ ਜੇ। ਆਹ ਜਗਾੜ ਏ, ਤੂੰ ਕਿਉਂ ਡਿੱਗਦਾ, ਆਹ ਟਰੈਕਟਰ ਖੋਲ੍ਹਿਆ ਸੀ ਉਹਦੇ ਨਾਲ ਆਇਆ ਸੀ ਜਗਾੜ, ਇਹਨੂੰ ਇਹਦੇ ਰੱਖ ਦਿੰਦੇ ਹਾਂ। ਅੱਛਾ ਟਾਇਰ ਰਹਿ ਗਏ ਆ ਕੇ ਹਜੇ, ਚਲੋ ਜੀ ਹੋ ਗਈ ਲੈਣ ਪੂਰੀ, ਠੀਕ ਹੈ ਓਕੇ ਆ। ਕਾਫੀ ਟਾਈਮ ਬਾਅਦ ਜਿੱਥੋਂ ਤੱਕ ਮੈਨੂੰ ਲੱਗਦਾ ਪਿਆ ਕਿ ਲਗਭਗ 2 ਮਹੀਨੇ ਮੰਨ ਕੇ ਚਲੋ ਹੋ ਗਏ ਹੋਣਗੇ ਆਰਾਮ ਨਾਲ। ਹਾਂ ਦੇਖੋ ਤੁਸੀਂ
ਨਿਊ ਹੋਲੈਂਡ ਇਹਨੂੰ ਵੀ ਕੱਢ ਹੀ ਲਈਏ ਬਾਹਰ ਯਾਰ, ਜ਼ਿਆਦਾ ਚਿਰ ਡੱਬੇ 'ਚ ਹੁਣ ਰੱਖਿਆ ਨਹੀਂ ਜਾਣਾ। ਆ ਜਾ ਵੀ ਜੌਂਡੀਅਰ ਸਿਆ ਤੂੰ ਆ ਰਿਹਾ ਜੌਂਡੀਅਰ, ਅਤੇ ਆ ਜੇ ਨਿਊ ਹੋਲੈਂਡ ਦਾ ਫਰੰਟ ਐਕਸਲ ਜਿਹੜਾ ਫੁੱਲ ਹੈਵੀ 'ਚ ਬਣਾਇਆ ਆਪਾਂ ਬੈਰਿੰਗ ਬੁਰਿੰਗ ਲਾ ਕੇ, ਠੀਕ ਹੈ ਨਿਊ ਹੋਲੈਂਡ ਦਾ ਵੈਸੇ। ਅਤੇ ਮੋਟਰਾਂ ਆ ਰਹੀਆਂ ਸਾਰੀਆਂ, ਓਕੇ ਦੀ ਰਿਪੋਰਟ ਹੈ, ਮਡਗਾਰਡ ਆ ਰਹੇ, ਓਕੇ ਤੇ ਜਮਾਂ ਓਕੇ ਦੀ ਰਿਪੋਰਟ ਹੈ, ਟਾਇਰ ਟੂਰ ਜਮਾਂ ਸਹੀ ਨੇ ਫਿਲਹਾਲ, ਹੁਣ ਤੱਕ ਤਾਂ ਵਧੀਆ ਵਰਕ ਕਰਦਾ ਪਿਆ ਜੌਂਡੀਅਰ। ਬਾਕੀ ਚਲੋ ਬਣਾ ਦਿੰਦੇ ਹੁਣ ਇਹਨੂੰ ਨਾ, ਛੇਤੀ ਕਰ ਦਾਂਗੇ ਰੇਡੀ, ਐਡਾ ਲੰਮਾ ਬਣੂਗਾ, ਹਾਂ ਐਡਾ ਕੁ ਲੰਮਾ ਹੀ ਬਣੂਗਾ। ਚਲੋ ਫਿਰ ਕਰਦੇ ਹਾਂ ਕੰਮ ਸ਼ੁਰੂ ਆਪਾਂ ਆਪਣੇ ਜੌਂਡੀਅਰ 'ਤੇ, ਮਡਗਾਰਡ ਇਹਨੂੰ ਆ ਹੀ ਲੱਗਣਗੇ ਨਾ, ਮਡਗਾਰਡ 'ਤੇ ਆਹੀ ਲੱਗਣਗੇ, ਚਲੋ ਦੇਖਦੇ ਹਾਂ। ਇਹ ਵੈਸੇ ਵੀ ਆਪਾਂ ਦੂਜਾ ਬਣਾਉਂਦਾ ਜੌਂਡੀਅਰ ਜਿਹਨੂੰ ਵੱਡੇ ਵੱਡੇ ਮੋਨਸਟਰ ਵਾਲੇ ਟਾਇਰ ਪਏ ਹੋਣਗੇ, ਠੀਕ ਹੈ, ਕਿਉਂਕਿ ਪਾਵਰ ਚਾਰ ਟਰੈਕਟਰ ਦਾ ਕੋਈ ਤੋੜ ਨਹੀਂ ਗਾ, ਇਹ ਟਰੈਕਟਰ ਟੱਕਰ ਦਊਗਾ ਆਪਣੇ 911 ਨੂੰ ਅਤੇ ਸਵਰਾਜ 4x4 ਨੂੰ। ਅੱਛਾ ਸਵਰਾਜ 4x4 ਤੋਂ ਯਾਦ ਆਇਆ ਕਿ ਸਵਰਾਜ ਵੀ ਦੇਖਣਾ ਸਗੋਂ ਖੋਲ੍ਹ ਕੇ ਆਉਂਦਾ ਵੀ ਐਕਸਲ ਖਰਾਬ ਹੋਇਆ ਪਿਆ ਫਰੰਟ ਵਾਲਾ, ਅਤੇ ਵੈਸੇ ਸ਼ੂਟ ਕਰਨੀ ਸੀ ਆਪਾਂ ਵੀਡੀਓ ਜੌਂਡੀਅਰ ਨਾਲ, ਜੌਂਡੀਅਰ ਪਿੱਛੇ ਆ ਟਰਾਲਾ ਪਾਉਣਾ ਸੀਗਾ ਆ ਜਿਹੜਾ, ਅਤੇ ਹੁਣ ਮੈਂ ਸੋਚਣ ਦਿਆਂ ਕਿ ਆ ਟਰਾਲਾ ਜਿੰਨਾ ਅਪਗ੍ਰੇਡ ਹੋ ਗਿਆ ਹੈ ਇਹਦਾ ਨਵਾਂ ਵਰਜਨ ਜਿਹੜਾ ਉਹ ਮੈਂ ਰਾਤ ਡਿਜ਼ਾਇਨ ਕਰ ਲਿਆ ਸੀਗਾ, ਆਹ ਦੇਖੋ ਠੀਕ ਹੈ। ਉੱਤੋਂ ਬੋਡੀ 'ਚ ਕੋਈ ਜ਼ਿਆਦਾ ਖਾਸ ਚੇਂਜਸ ਨਹੀਂ ਗੇ, ਬਸ ਮੇਨ ਇਹਦੇ ਐਕਸਲ 'ਚ ਚੇਂਜ ਹੈ, ਜਿਹੜੇ ਟਾਇਰ ਨੇ ਉਹ ਥੋੜ੍ਹੇ ਜਿਹੇ ਕਲੋਜ਼ ਕਰਤੇ ਨੇ ਮੈਂ, ਹੁਣ ਜਿਹੜੇ ਇਹਦੇ ਟਾਇਰ ਨੇ ਨਾ ਉਹ ਪੱਕੇ ਫਿਕਸ ਨਹੀਂ ਰਹਿਣਗੇ, ਵੀ ਦੋਵੇਂ ਟਾਇਰ ਜਿਹੜੇ ਨੇ ਨਾ ਉਹ ਫਲੈਕਸੀਬਲ ਵਰਕ ਕਰਨਗੇ। ਆਹ ਦੇਖੋ ਆਹ ਸੈਂਟਰ ਪਿੰਨ ਇਹਦੀ, ਠੀਕ ਹੈ, ਆਹ ਦੋਵਾਂ ਪਾਸੇ ਆਰਮ ਹੋ ਗਈ, ਟਾਇਰ ਉੱਤੇ ਥੱਲੇ ਹੋਣ ਕਰਨਗੇ, ਅਤੇ ਮੈਂ ਸੋਚਣ ਦਿਆਂ ਕਿ ਸੇਮ ਇੱਦਾਂ ਦਾ ਹੀ ਡਿਜ਼ਾਇਨ ਜਿਹੜਾ ਨਾ ਆਪਣੇ ਇਸ ਟਰਾਲੇ ਵਾਸਤੇ ਮੈਂ ਡਿਜ਼ਾਇਨ ਕਰ ਲਾਂ, ਇਹਦੇ ਜ਼ਿਆਦਾ ਮੋਡੀਫਿਕੇਸ਼ਨਾਂ ਨਾ ਕਰਨੀਆਂ ਪੈਣ, ਬਸ ਆਹ ਟਾਇਰ ਖੋਲ੍ਹ ਕੇ ਇਹਦੀ ਜਗ੍ਹਾ 'ਤੇ ਫਲੈਕਸੀਬਲ ਟਾਇਰ ਜਿਹੜੇ ਨੇ ਉਹ ਬਣਾ ਦਈਏ, ਅਤੇ ਇਸ ਕਰਕੇ ਮੈਂ ਸੋਚਣ ਦਿਆ ਸੀ ਕਿ ਫਿਰ ਹੀ ਆਪਾਂ ਸ਼ੂਟ ਕਰਾਂਗੇ ਜੌਂਡੀਅਰ ਮਗਰ ਇਹਨੂੰ ਪਾਵਾਂਗੇ ਟਰਾਲੇ ਨੂੰ। ਚਲੋ ਕੋਈ ਨਹੀਂ ਉਹ ਦੇਖ ਲਾਂਗੇ ਆਪਾਂ, ਅਤੇ ਮੌਕੇ 'ਤੇ ਇੱਥੇ ਮੈਂ ਇਹੀ ਆਪਣਾ ਟਰਾਲਾ ਜਿਹੜਾ ਪ੍ਰਿੰਟ ਕਰਨਾ ਲਾਇਆ ਹੋਇਆ, ਆਹ ਦੇਖੋ ਠੀਕ ਹੈ ਪ੍ਰਿੰਟ ਹੋ ਰਿਹਾ, ਅਤੇ ਇੱਧਰਲੀ ਸਾਈਡ ਕੁਛ ਇੰਪੋਰਟੈਂਟ ਪਾਰਟ ਪ੍ਰਿੰਟ ਕਰਨੇ ਲਾਏ ਨੇ ਆਪਣੇ ਸਵਰਾਜ ਟਰੈਕਟਰ ਦੇ। ਜੌਂਡੀਅਰ ਦਾ ਸਾਰਾ ਕੁਛ ਮੁੱਢ ਤੋਂ ਹੀ ਸ਼ੁਰੂ ਕਰਨਾ ਪੈਣਾ, ਐਕਸਲ ਵਗੈਰਾ ਫਾਈਲ ਲੱਭਣੀ ਪੈਣੀ ਹੈ ਕਿੱਥੇ ਆ ਕੀ ਹਿਸਾਬ ਕਿਤਾਬ ਹੈ, ਕੰਮ ਛੱਡਣ ਨੂੰ ਬਾਬਾ ਚਿਰ ਹੋ ਗਿਆ ਨਾ। ਚਲੋ ਕੋਈ ਨਹੀਂ, ਮਾਰਦਾ ਮੈਂ ਮੱਥਾ, ਲੱਭਦਾ ਫਾਈਲਾਂ ਫੁਈਲਾਂ ਅਤੇ ਦੇਖਦੇ ਹਾਂ ਕੀ ਸੀਨ ਹੈ ਅੱਗੇ ਇਹਦੇ ਵਿੱਚ, ਮੋਟਰਾਂ ਮੋਟਰਾਂ ਕਿੰਨੀਆਂ ਲੱਗਣੀਆਂ ਨੇ, ਗੇਅਰ ਕਿਹੜੇ ਹਿਸਾਬ ਨਾਲ ਲੱਗਣੇ ਨੇ, ਮੌਕੇ 'ਤੇ ਸਭ ਭੁੱਲਿਆ ਹੋਇਆ ਮੈਂ, ਮੈਨੂੰ ਦੇਖਣਾ ਪੈਣਾ ਦੂਜਾ ਟਰੈਕਟਰ। ਲਓ ਵੀ ਮੁੰਡਿਓ ਸੀਨ ਇੱਦਾਂ ਹੈ ਕਿ ਨੈਕਸਟ ਡੇ ਵਲੋਗ ਕਰ ਲੱਗਾ ਮੈਂ ਐਂਡ, ਅਤੇ ਆਹ ਦੇਖੋ ਜੌਂਡੀਅਰ ਦਾ ਇੱਕ ਪਾਰਟ ਜਿਹੜਾ ਸਾਹਮਣਾ ਇੰਪੋਰਟੈਂਟ ਪ੍ਰਿੰਟ ਕੀਤਾ ਸੀਗਾ, ਜਿਹਦੇ ਵਿੱਚ ਮੇਨ ਦਾ ਜਿਹੜਾ ਗੇਅਰ ਬੋਕਸ ਆ ਉਹ ਫਿੱਟ ਹੋਣਾ ਹੈ, ਠੀਕ ਹੈ ਇੱਦਾਂ, ਅਤੇ ਪਰ ਇਹਦੇ ਵਿੱਚ ਨਾ ਥੋੜ੍ਹੀ ਜਿਹੀ ਗੜਬੜ ਹੈ ਸਾਈਜ਼ ਦੀ, ਅਤੇ ਹੁਣ ਮੈਨੂੰ ਲੱਗਦਾ ਕਿ ਪਾਰਟ ਸਾਰਾ ਦੁਬਾਰੇ ਪ੍ਰਿੰਟ ਕਰਨਾ ਪੈਣਾ, ਅਤੇ ਹੁਣ ਅੱਜ ਡਿਜ਼ਾਇਨ ਕਰਾਂਗੇ ਇਹਨੂੰ ਮੈਂ ਦੁਬਾਰੇ, ਅਤੇ ਇਹਨੂੰ ਦੁਬਾਰੇ ਪ੍ਰਿੰਟ ਕਰਾਂਗੇ ਆਪਾਂ, ਠੀਕ ਹੈ। ਬਾਕੀ ਕੰਮ ਸ਼ੁਰੂ ਕਰਤਾ ਅੱਜ ਤੋਂ, ਹੁਣ ਦੇਖਦਾ ਮੈਂ ਕਿੰਨੇ ਕੁ ਚਿਰ ਤੱਕ ਜੌਂਡੀਅਰ ਤਿਆਰ ਹੁੰਦਾ। ਹੁਣ ਇਹ ਤਾਂ ਨਹੀਂ ਗਾ ਕਿ ਸਾਰਾ ਦਿਨ ਮੈਂ ਇਹਦੇ 'ਤੇ ਲੱਗਾ ਰਹੂੰਗਾ, ਪਰ ਹੁਣ ਕੋਸ਼ਿਸ਼ ਇਹੀ ਹੈ ਕਿ ਦਿਨ 'ਚ 50% ਕੰਮ ਤਾਂ ਇਹਦੇ 'ਤੇ ਕਰੀਏ, ਠੀਕ ਹੈ, ਬਾਕੀ ਦਾ 50% ਇੱਧਰ ਜਿਵੇਂ ਸਵਰਾਜ ਬਣਾਉਂਦੇ ਹਾਂ ਜਿਹੜੇ ਰਹਿ ਗਏ ਨੇ ਉਹਨਾਂ 'ਤੇ ਕਰਾਂਗੇ ਆਪਾਂ। ਅਤੇ ਦੂਜਾ ਇੱਧਰ ਵੱਡਾ ਟਰਾਲਾ ਜਿਹੜਾ ਉਹ ਪ੍ਰਿੰਟ ਹੋਣ ਦਿਆ, ਆਹ ਦੇਖੋ ਪਹਿਲਾ ਪਾਰਟ ਇੱਥੇ ਪ੍ਰਿੰਟ ਹੋਣ ਦਿਆ, ਲਗਭਗ 3.5 ਘੰਟੇ ਹੋਰ ਲੱਗਣਗੇ।
ਠੀਕ ਹੈ ਫਿਰ ਮੁੰਡੋ, ਮਿਲਦੇ ਹਾਂ ਆਪਾਂ ਨੈਕਸਟ ਵਲੌਗ ਦੇ ਵਿੱਚ। ਠੀਕ ਹੈ, ਅਤੇ ਨੈਕਸਟ ਵਲੌਗ 'ਚ ਮੇਰੇ ਹਿਸਾਬ ਨਾਲ ਮੁਸ਼ਕਲ ਹੈ, 50-50 ਚਾਂਸ ਨੇ ਜੇ ਆਪਾਂ ਵੀਡੀਓ ਸ਼ੂਟ ਕੀਤੀ ਇਸ ਟਰਾਲੇ ਨਾਲ। ਸੋਚਿਆ ਤਾਂ ਇਹੀ ਸੀਗਾ ਕਿ ਇਹਨੂੰ ਅਪਗ੍ਰੇਡ ਕਰਾਂਗੇ ਪਹਿਲਾਂ, ਵੀ ਇਹਦੇ ਵਿੱਚ ਆ ਜਿਹੜਾ ਇਹਦਾ ਐਕਸਲ ਹੈ ਇੱਦਾਂ ਮੂਵਮੈਂਟ ਵਾਲਾ ਲਾਵਾਂਗੇ, ਪਰ ਉਹਦੇ ਟਾਈਮ ਲੱਗ ਜਾਣਾ ਹੁਣ ਕਿਉਂਕਿ ਪ੍ਰਿੰਟਰ ਚੱਲਣ ਨਹੀਂ ਤੇ। ਠੀਕ ਹੈ, ਪ੍ਰਿੰਟਰ ਹੁਣੇ ਬੰਦ ਕਰ ਦੇਣੇ ਇਹਨੇ, ਇਸ ਕਰਕੇ 50-50 ਚਾਂਸ ਹੈ ਹੋ ਸਕਦਾ ਸ਼ਾਮ ਨੂੰ ਵੀਡੀਓ ਸ਼ੂਟ ਕਰੀਏ ਆਪਾਂ, ਕਿਉਂਕਿ ਵੀਡੀਓ ਵੀ ਸ਼ੂਟ ਕਰਨ ਵਾਲੀ ਆ, ਕਾਫੀ ਟਾਈਮ ਹੋ ਗਿਆ ਸ਼ੂਟ ਨਹੀਂ ਕੀਤੀ। ਬਾਕੀ ਚਲੋ ਮਿਲਦੇ ਹਾਂ ਨੈਕਸਟ ਵਲੌਗ 'ਚ।